जगमोहन सिंह जी पुत्र पलविंदर सिंह पिंड श्री भैणी साहब तो यह अरसा करीब 12 साल पहला इंग्लैंड गया सी। 4.5 साल ला के वापस आ गया। उस तों बाद यह वापस भी तो गया, हले यह पिंड भैणी साहब च रहिंदा सी। इन्हें मिती 5-6 शाम समय कोई जहरीली दवाई पी के सुसाइड कर लिया। जगमोहन सिंह जी पुत्र पलविंदर सिंह पिंड श्री भैणी साहब तो यह अरसा करीब 12 साल पहला इंग्लैंड गया। 4.5 साल ला के वो तो वापस आ गया। उस तों बाद यह वापस नहीं सी गया, हले यह पिंड भैणी साहब च रहिंदा सी। इन्हें मिती 5-6 शाम समय कोई जहरीली दवाई पी के सुसाइड कर लिया। तो SPS हस्पताल शेरपुर चौक इहदी मौत हो गई। ये लैके इलाज लई ते एक सुसाइड नोट लिख के गया। इन्हें गुरविंदर सिंह उर्फ भरपूर सिंह सानी खुरद का, उन्हें तो 10 लाख रुपया लिया सी इंग्लैंड भेजने वास्ते। ना उन्हें उहदे पैसे वापस करे ते ना भी इहनूं बाहर भेजिया। उहदे दुखों इन्हें सुसाइड कर लिया। इहदी भैण दे सरजीत कौर दे बयान ते मुकदमा दर्ज होया। मुकदमा नंबर 100 मिती 6/6/2020 इंटरसैक्शन 306 IPC PS कूंकना दर्ज होया। जिरे तफतीस मृतक जगमोहन सिंह की बॉडी का पोस्टमार्टम करा के कल मिती 6/6 ਨੂੰ ਉਹ ਬਾਰਸਾਂ ਦੇ ਹਵਾਲੇ ਕਰ ਦਿੱਤੇ। ਨਾਮ? ਮੇਰਾ ਨਾਮ ਸੰਤ ਸਿੰਘ ਜੀ। ਹਾਂਜੀ, ਕੀ ਲੱਗਦਾ ਜੀ ਤੁਹਾਡੇ? ਮੇਰੇ ਚਾਚਾ ਹੀ ਲੱਗਦੇ। ਕੀ ਹੋਇਆ ਸੀਗਾ ਸਰ? ਉਹਨਾਂ ਨੇ ਪੈਸੇ ਦਿੱਤੇ ਸੀਗੇ ਸਾਨੇ ਵਾਲ ਭਰਪੂਰ ਸਿੰਘ ਦੇ ਨਾਂ ਬੰਦੇ ਨੂੰ। ਕਿੰਨੇ? 10 ਲੱਖ ਰੁਪਈਆ ਜੀ। ਅਤੇ ਉਹ ਉਹਨਾਂ ਨੇ ਉਹਨਾਂ ਨੂੰ ਲਾਰੇ 'ਚ ਰੱਖਿਆ ਜੀ, ਧੋਖੇਬਾਜ਼ੀ 'ਚ, ਵੀ ਮੈਂ ਤੁਹਾਨੂੰ ਬਾਹਰ ਭੇਜ ਦੂੰਗਾ। ਅਤੇ ਉਹ ਪੈਸੇ ਵਾਪਸ ਨਹੀਂ ਕੀਤੇ ਜੀ, ਨਾ ਉਹਨਾਂ ਨੂੰ ਬਾਹਰ ਭੇਜਿਆ ਜੀ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਤਾਂ ਇਨਸਾਫ਼ ਦੀ ਮੰਗ ਕਰਦੇ ਹਾਂ ਜੀ ਸਰਕਾਰ ਕੋਲੋਂ, ਵੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਏ ਜੀ ਅਤੇ ਇਨਸਾਫ਼ ਦਵਾਇਆ ਜੀ। ਕੀ ਨਾਮ ਹੈ? ਮੇਰਾ ਨਾਮ ਸੁਖਜੀਤ ਕੌਰ, ਬ੍ਰਦਰ ਦਾ ਨਾਮ ਜਗਮੋਹਨ ਸਿੰਘ। ਕਿਹੜਾ ਪਿੰਡ? ਭੈਣੀ ਸਾਹਿਬ ਜੀ। ਕੀ ਹੋਇਆ ਸੀਗਾ? ਕਿੰਨੇ ਸਾਲ ਦਾ ਸੀ ਬ੍ਰਦਰ? 37 ਸਾਲ ਦਾ ਸੀ। ਕੀ ਕੇਸ ਆ, ਕੀ ਮਾਮਲਾ? ਕੁਛ ਨਹੀਂ ਜੀ, ਉਹਨੇ ਬਾਹਰ ਜਾਣ ਵਾਸਤੇ ਨਾ ਪੈਸੇ ਦਿੱਤੇ ਸੀਗੇ ਉਹ ਭਰਪੂਰ ਸਿੰਘ ਨੂੰ। ਕਿੰਨੇ ਪੈਸੇ? 10 ਲੱਖ ਰੁਪਏ। ਫਿਰ ਬਾਹਰ ਗਏ? ਨਹੀਂ, ਬਾਹਰ ਵੀ ਨਹੀਂ ਭੇਜਿਆ। ਉਹਨਾਂ ਦੇ ਬੇਟੇ ਬਾਹਰ ਗਏ ਸੀਗੇ, ਉਹ ਕਹਿੰਦੇ ਵੀ ਏਜੰਟ ਵਧੀਆ ਆ, ਵੀ ਪੈਸੇ ਵੀ ਮੈਂ ਤੁਹਾਨੂੰ ਬਾਹਰ ਭੇਜ ਦੂੰਗਾ। ਚਲੋ ਉਹਨੇ ਪੈਸੇ ਦੇ ਦਿੱਤੇ, ਉਹ ਫਿਰ ਨਾ ਪੈਸੇ ਦਿੱਤੇ ਆ ਨਾ ਹੀ ਉਹਨੂੰ ਬਾਹਰ ਭੇਜਿਆ। ਫਿਰ ਉਹ ਨੋਟ ਲਿਖ ਕੇ ਮਤਲਬ ਕਰ ਗਿਆ, ਟੈਨਸ਼ਨ ਵਿੱਚ ਰਹਿਣ ਲੱਗ ਗਿਆ ਸੀਗਾ। ਫਿਰ ਪਰਸੋਂ ਉਹਨੇ ਨੋਟ ਲਿਖ ਕੇ ਵੀ ਦਵਾਈ ਖਾ ਲਈ ਕੋਈ, ਫਿਰ ਉਹਦੀ ਡੈਥ ਹੋ ਗਈ। ਮੰਗ ਕਰਦੇ ਹਾਂ ਬਸ, ਅਸੀਂ ਤਾਂ ਇਹੀ ਕਹਿੰਦੇ ਵੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ। ਸਾਡਾ ਇੱਕ ਹੀ ਇੱਕ ਭਰਾ ਸੀਗਾ, ਹੋਰ ਕੋਈ ਨਹੀਂ ਹੈਗਾ, ਨਾ ਚਾਚਾ, ਨਾ ਤਾਇਆ, ਨਾ ਮਾਮਾ। ਸਾਡਾ ਘਰ ਖਤਮ ਹੋ ਗਿਆ, 4 ਭੈਣਾਂ 1 ਭਰਾ ਹੈ, 1 ਮੇਰੇ ਮੰਮੀ ਆ ਬਸ। ਪੁਲਿਸ ਥਾਣੇ ਕੋਈ ਦਰਖਾਸਤ ਦਿੱਤੀ ਹੈ, ਕੋਈ ਐਪਲੀਕੇਸ਼ਨ ਕੁਛ? ਹਾਂਜੀ ਦਿੱਤੀ ਹੈ ਜੀ, SHO ਸਾਹਿਬ ਆਏ ਸੀ, ਕਹਿੰਦੇ ਕੋਈ ਗੱਲ ਨਹੀਂ ਸੀ, ਤੁਹਾਡਾ ਸਾਥ ਦੇਵਾਂਗੇ, ਸਾਫ ਦਵਾਵਾਂਗੇ। ਕੱਲ ਆਏ ਸੀਗੇ, ਪਰਸੋਂ ਆਏ ਸੀਗੇ। ਜੋਤਿਸ਼ ਆਰਕੇ ਸ਼ਾਸਤਰੀ, ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ, 72 ਘੰਟਿਆਂ ਵਿੱਚ ਘਰ ਬੈਠੇ ਹਰ ਤਰ੍ਹਾਂ ਦਾ ਸਮਾਧਾਨ, ਵਸ਼ੀਕਰਨ ਕਰਨਾ ਜਾਂ ਤੋੜਨਾ, ਪਿਆਰ ਵਿੱਚ ਧੋਖਾ, ਲਵ ਮੈਰਿਜ, ਪਤੀ ਪਤਨੀ ਵਿੱਚ ਅਣਬਣ, ਸੌਤਨ ਦੁਸ਼ਮਣ ਦਾ ਨਾਸ਼, ਧੋਖਾ ਖਾਦੇ ਲੋਕ ਸਾਨੂੰ ਇੱਕ ਵਾਰ ਜ਼ਰੂਰ ਫੋਨ ਕਰਨ। 81468-13-896 81468-13-896